ਹੋਰ ਨਵੀਂ ਸਵੇਰ ਯੂਰਪ ਸਵਿਟਜ਼ਰਲੈਂਡ ਤੋਂ। ਇਹ ਕਰ ਰਹੇ ਆਪਣਾ ਸਵਾਗਤ ਲੈਟਰਮ ਪਟਰਮ। ਆਪਾਂ ਪਹੁੰਚ ਗਏ ਸੀਗੇ ਜੀ ਲੈਟਰ ਬਨਨ। ਐ ਲੱਗ ਰਿਹਾ ਜਿਵੇਂ ਸਿਨਰੀ ਹੈ ਨੀ, ਆਪਾਂ ਛੋਟੇ ਹੁੰਦੇ ਦੇਖਦੇ ਹੁੰਦੇ ਸੀਗੇ। ਸੈਡ ਹੋ ਜਾਓ। ਧੁੱਪ 'ਚ ਬਹਿ ਕੇ ਆਰਾਮ ਨਾਲ ਚਾਹ ਨਾਲ ਬ੍ਰੈਡ ਪਕੌੜੇ, ਬਸ ਇੱਥੇ ਤੱਕ ਰਹਿ ਗਏ ਆਪਾਂ ਪਕੌੜਿਆਂ ਤੱਕ, ਚਾਹ ਨਾਲ ਸਮੋਸੇ। ਸੋ ਇਹ ਆ ਸਟੇਸ਼ਨ, ਆਪਾਂ ਆ ਗਏ ਮੁੜ ਕੇ ਸਟੇਸ਼ਨ 'ਤੇ। ਅਤੇ ਜਿਹੜੀ ਇਹ ਚੋਟੀ ਦਿਖ ਰਹੀ ਹੈ ਨਾ, ਇਹ ਟੋਪ ਆਫ ਦਾ ਯੂਰਪ ਹੈ ਜੀ। ਇਹ ਸੀਗਾ ਉਹ ਰੈਸਟੋਰੈਂਟ, ਇਹਨਾਂ ਨੇ ਬਾਹਰ ਬੜਾ ਵਧੀਆ ਦੇਖ ਕੇ ਲਾਇਆ ਹੋਇਆ ਇੱਕਦਮ ਕੜਕ ਚੱਡੀ ਫਾੜ ਚਾਏ। ਓਹੋ ਹੋ, ਥੱਲੇ ਚੱਲੀਏ ਥੱਲੇ ਹੀ ਟੁੱਟ ਗਈ। ਸਤਿ ਸ਼੍ਰੀ ਅਕਾਲ ਜੀ, ਇੱਕ ਹੋਰ ਨਵੀਂ ਸਵੇਰ ਯੂਰਪ ਸਵਿਟਜ਼ਰਲੈਂਡ ਤੋਂ। ਅਤੇ ਜਿਹੜੀ ਰਾਤੀ ਅਸੀਂ ਸਟੇ ਕੀਤੀ ਸੀ ਉਹ ਇੱਕ ਪਹਾੜ ਦੀ ਚੋਟੀ 'ਤੇ ਹੀ ਸੀਗੀ, ਯਾਨੀ ਕਿ ਬੜੀ ਉੱਤੇ ਚੜ੍ਹ ਕੇ ਹੈ, ਅਤੇ ਉੱਥੇ ਸਟੇ ਕੀਤੀ ਸੀ। ਇਹ ਹੈਗਾ ਆ ਜਿਹੜਾ ਸਿਟੀ ਹੈ, ਇਹ ਹੈਗਾ ਆ ਕਿਹੜਾ, ਲਿਟਰ ਲੋਟਰ ਬ੍ਰੈਨਨ। ਸੋ ਇਹ ਯੂਰਿਕ ਤੋਂ ਕੋਈ 1.5 ਘੰਟੇ ਦੀ ਡਰਾਈਵ 'ਤੇ ਹੈ, ਉਹ ਡਿਸਟ੍ਰਿਕਟ ਹੈ, ਉਹਦੇ ਇੱਕ ਨਾਲ ਪਿੰਡ ਹੈ। ਉੱਥੇ ਆਪਾਂ ਇਸ ਟਾਈਮ ਰੁਕੇ ਹੋਏ ਹਾਂ, ਜਿਹੜੀ ਪ੍ਰੋਪਰਟੀ ਦੇ ਵਿੱਚ ਆਪਾਂ ਰੁਕੇ ਹੋਏ ਹਾਂ ਤੁਹਾਨੂੰ ਉਹ ਇੱਕ ਵਾਰ ਦਿਖਾਉਂਦੇ ਹਾਂ, ਬਾਕੀ ਪੂਰਾ ਅਲੱਗ ਤੋਂ ਇੱਕ ਪ੍ਰੋਪਰਟੀ ਦਾ ਜਿਹੜਾ ਵਿਊ ਹੈ ਉਹ ਦਿਖਾ ਦਾਂਗੇ ਇਸ ਵਲੋਗ ਦੇ ਵਿੱਚ, ਅਲੱਗ ਤੋਂ ਵਲੋਗ ਦੇ ਵਿੱਚ। ਸੋ ਫਿਲਹਾਲ ਆਪਾਂ ਜਿਹੜਾ ਜਿੱਥੇ ਰੁਕੇ ਹੋਏ ਸੀ ਇੱਕ ਤੁਹਾਨੂੰ ਉਹ ਝਲਕ ਦਿਖਾ ਦਿੰਦੇ ਹਾਂ ਥੋੜ੍ਹੀ ਜੀ। ਇਹ ਆ ਉਹ ਰਸਤਾ ਉੱਪਰ ਜਾਣ ਦੇ ਲਈ ਜਿਹੜਾ ਬਣਿਆ ਹੋਇਆ, ਇਹ ਸਾਰਾ ਇੱਥੋਂ ਘੁੰਮਦਾ ਆ ਇੱਦਾਂ, ਫਿਰ ਇੱਧਰੋਂ ਘੁੰਮਦਾ ਆ, ਇਹ ਉੱਪਰ ਜਾ ਕੇ ਆ ਬਣਿਆ ਹੋਇਆ ਆ ਜਿਹੜਾ ਛੋਟਾ ਜਿਹਾ ਘਰ। ਇਹਦੇ ਵਿੱਚ ਇੱਕ ਕਮਰਾ ਆ, ਥੋੜ੍ਹਾ ਜਿਹਾ ਡਾਇਨਿੰਗ ਹਾਲ ਹੈ, ਅਤੇ ਕਿਚਨ ਵਗੈਰਾ ਬਣਿਆ ਹੋਇਆ ਛੋਟਾ ਜਿਹਾ। ਮਤਲਬ ਉੱਪਰ ਇਹਦੇ ਵਿੱਚ ਆਪਾਂ ਬੈਗ ਬੂਗ ਲੈ ਕੇ ਜਾਣਾ ਤਾਂ ਬਹੁਤ ਔਖਾ ਆ, ਨਾ ਮੁਨਕਣੀ ਹੈ ਉੱਪਰ, ਕਿਉਂਕਿ ਪੌੜੀਆਂ ਸਿਰਫ ਇੱਥੇ ਤੱਕ ਹੀ ਨੇ, ਇਸ ਤੋਂ ਬਾਅਦ ਸਾਰਾ ਕੱਚਾ ਰਸਤਾ ਆ। ਸੋ ਇਹ ਆ ਉਹ ਵਾਲੀ ਪ੍ਰੋਪਰਟੀ, ਵਧੀਆ ਸੀ ਲੋਕੇਸ਼ਨ, ਪਰ ਇੱਥੋਂ ਸਾਹਮਣੇ ਜਿਹੜੀ ਪੂਰੀ ਲੋਕੇਸ਼ਨ ਹੈ ਉਹ ਇਹ ਦਿਖਦੀ ਹੈ ਉੱਪਰੋਂ, ਤੁਹਾਨੂੰ ਦਿਖਾਵਾਂਗੇ ਫਿਲਹਾਲ। ਇਹ ਥੱਲੇ ਦਾ ਵਿਊ ਹੈ, ਉਹ ਦੇਖੋ ਫੇਲ ਪਾਸ ਬਣਿਆ ਹੋਇਆ, ਭਾਬੋ ਫੇਲ ਪਾਸ ਹੁੰਦਾ ਸੀ ਸਾਡਾ ਤੇ, ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ। ਅੱਜ ਬੱਦਲ ਬੱਦਲ ਹੋਏ ਹੋਏ ਨੇ ਬਹੁਤ, ਹਨਾ ਨੀਚੇ ਹੀ ਆਏ ਹੋਏ ਨੇ ਬੱਦਲ, ਸੋਹਣੇ ਲੱਗ ਰਹੇ ਆ ਉਹੇ ਨੂਰ ਪੰਜਾਬੀਆਂ, ਕਿੰਨੇ ਨੀਚੇ ਨੇ ਜੋੜੇ ਚਰੀ ਦੇ ਰਹੇ ਨਾ। ਲੈਟਰਮ ਪਟਰਮ, ਆਪਾਂ ਪਹੁੰਚ ਗਏ ਸੀਗੇ ਜੀ ਲੈਟਰ ਬ੍ਰੈਨਨ, ਅਤੇ ਇਹ ਸਿਟੀ ਹੈ, ਅਤੇ ਇੱਥੋਂ ਆਪਾਂ ਜਾ ਰਹੇ ਹਾਂ ਵੈਂਗਨ। ਵੈਂਗਨ ਇੱਕ ਬਹੁਤ ਸੋਹਣਾ ਜਿਹੜਾ ਪਿੰਡ ਹੈ। ਸੋ ਇੱਥੇ ਲੈਟਰ ਬ੍ਰੈਨਨ ਤੋਂ ਅੱਗੇ ਨਾ ਆਪਾਂ ਨੂੰ ਕਾਰ 'ਤੇ ਨਹੀਂ ਜਾ ਸਕਦੇ, ਇੱਥੇ ਆਪਾਂ ਨੂੰ ਟ੍ਰੇਨ 'ਤੇ ਹੀ ਜਾਣਾ ਪੈਂਦਾ, ਅੱਗੇ ਰੋਡ ਨਹੀਂ ਹੈ। ਸੋ ਹੁਣ ਆਪਾਂ ਟ੍ਰੇਨ ਦੇ ਵਿੱਚ ਬਹਿ ਕੇ ਜਾਵਾਂਗੇ। ਵੈਂਗਨ ਸਿਟੀ ਵਿਲੇਜ ਹੈ ਜਿਹੜਾ ਬਹੁਤ ਸੋਹਣਾ, ਸਵਿਟਜ਼ਰਲੈਂਡ ਦਾ ਯੂਰਪ ਦਾ ਉੱਪਰੋਂ ਵਿਊਜ਼ ਜਿਹੜੇ ਹੋਣਗੇ ਉਹ ਵੀ ਦਿਖਾਵਾਂਗੇ। ਸੋ ਇਹ ਹੈ ਜੀ ਵੈਂਗਨ ਪਿੰਡ। ਵੈਂਗਨ ਬੜਾ ਛੋਟਾ ਅਤੇ ਬੜਾ ਸੋਹਣਾ ਜਿਹੜਾ ਪਿੰਡ ਹੈ ਉਹ ਹੈ ਸਵਿਟਜ਼ਰਲੈਂਡ ਦਾ, ਅਤੇ ਪਿੱਛੇ ਪਹਾੜਾਂ ਦੇ ਉੱਪਰ ਬਰਫ਼ ਵੀ ਜਿਹੜੀ ਆ ਉਹ ਪਈ ਹੋਈ ਹੈ, ਅਤੇ ਛੋਟੇ ਛੋਟੇ ਜਿਹੜੇ ਟ੍ਰੇਨਾਂ ਨੇ ਉਹ ਇੱਥੇ ਚੱਲਦੀਆਂ ਨੇ। ਸੋ ਥੱਲੋਂ ਆਪਾਂ ਨੂੰ ਉੱਪਰ ਆਉਣ ਵਾਸਤੇ ਜਿਹੜੀ ਹੈ ਟ੍ਰੇਨ ਹੀ ਲੈਣੀ ਪੈਂਦੀ ਹੈ, ਪੀਲੇ ਰੰਗ ਦੀ ਜਿਹੜੀ ਟ੍ਰੇਨ ਹੈ,
ਇਹੀ ਚੱਲਦੀ ਹੈ, ਬੜੀ ਸੋਹਣੀ ਲੱਗਦੀ ਹੈ, ਕਲਰਫੁੱਲ ਟ੍ਰੇਨ ਜਦੋਂ ਪਹਾੜਾਂ ਦੇ ਵਿੱਚ ਨੂੰ ਆਉਂਦੀ ਹੈ। ਸੋ ਇੱਥੇ ਟੋਪ ਆਫ ਦਾ ਜਿਹੜਾ ਯੂਰਪ ਹੈ ਉਹ ਵੀ ਚੋਟੀ ਹੈਗੀ ਹੈ, ਅਤੇ ਉਹ ਦੇਖਦੇ ਹਾਂ ਆਪਾਂ ਅੱਗੇ ਜਾ ਕੇ, ਜੇ ਸਵਾਬ ਬਣਿਆ ਤਾਂ ਲੈ ਲਾਂਗੇ, ਜੇ ਨਹੀਂ ਤਾਂ ਅੱਜ ਫਿਰ ਪਿੰਡ ਨੇ ਜਿਹੜੇ ਉਹੀ ਘੁੰਮਦੇ ਹਾਂ। ਛੋਟਾ ਜਿਹਾ ਪਿੰਡ ਵਾਦੀਆਂ ਦੇ ਵਿੱਚ, ਜਦੋਂ ਇੱਥੇ ਬਰਫ਼ ਪੈਂਦੀ ਹੋਣੀ ਹੈ ਕਿੰਨਾ ਜ਼ਿਆਦਾ ਬੁਰਾ ਹਾਲ ਹੁੰਦਾ ਹੋਣਾ ਇਹਨਾਂ ਪਹਾੜਾਂ 'ਚ। ਇਹ ਪਈ ਹੋਈ ਆ ਉੱਪਰ, ਇਹ ਗਲੇਸ਼ੀਅਰ ਹੈ, ਬਰਫ਼ ਪਈ ਹੋਈ ਹੈ ਇੱਥੇ। ਸੋ ਬੜਾ ਸੋਹਣਾ ਵਿਊ ਹੈ ਪਿੰਡ ਦਾ, ਵੈਂਗਨ ਉਹ ਉੱਪਰ ਜਾ ਰਹੀਆਂ ਨੇ, ਉਹੀ ਕੇਬਲ ਕਾਰਸ। ਵੈਂਗਨ ਨਾ ਇੱਕ ਕਾਰ ਫਰੀ ਵਿਲੇਜ ਆ, ਜੇ ਤੁਸੀਂ ਇੱਥੇ ਕਾਰ 'ਤੇ ਆਉਂਦੇ ਹੋ ਤਾਂ ਤੁਹਾਨੂੰ ਕਾਰ ਆਪਣੀ ਲੌਟਰਬ੍ਰੰਨਨ ਪਾਰਕ ਕਰਨੀ ਪਊਗੀ। ਉੱਥੇ ਪਾਰਕ ਕਰਕੇ 15 ਕੁ ਮਿੰਟ ਲੱਗਦੇ ਆ ਇੱਥੇ ਆਉਣ ਨੂੰ ਟ੍ਰੇਨ 'ਤੇ। ਟ੍ਰੇਨ ਲੈ ਕੇ ਜਿਹੜੀ ਤੁਹਾਨੂੰ ਦਿਖਾਈ ਸੀ ਯੈਲੋ ਯੈਲੋ ਟ੍ਰੇਨ, ਗ੍ਰੀਨ ਜਿਹੀਆਂ ਟ੍ਰੇਨਸ ਆਉਂਦੀਆਂ ਨੇ ਉਹ, ਆਹ ਜਿਹੜੇ ਫੁੱਲ ਲੱਗੇ ਹੋਏ ਆ ਰੈੱਡ ਰੈੱਡ, ਇੰਨੇ ਕੁ ਜ਼ਿਆਦਾ ਸੋਹਣੇ ਲੱਗਦੇ ਆ। ਵੀਡੀਓ ਵਿੱਚ ਹਜੇ ਇੰਨੇ ਖਾਸ ਦਿਖ ਨਹੀਂ ਰਹੇ, ਪਰ ਇੱਥੇ ਸਾਰੇ ਲੋਕਾਂ ਨੇ ਬਹੁਤ ਜ਼ਿਆਦਾ ਫੁੱਲ ਲਾਏ ਹੋਏ ਨੇ ਆਪਣੇ ਘਰਾਂ ਦੇ ਬਾਹਰ। ਇੱਦਾਂ ਲੱਗਦਾ ਜਿਵੇਂ ਕੋਈ ਸੀਨਰੀ ਦੇਖ ਰਹੇ ਹਾਂ, ਬਹੁਤ ਜ਼ਿਆਦਾ ਸੋਹਣਾ ਨਜ਼ਾਰਾ ਲੱਗਦਾ। ਪਰ ਇੱਥੇ ਮਤਲਬ ਬਹੁਤ ਸ਼ਾਂਤੀ ਆ, ਨਾ ਕੋਈ ਗੱਡੀਆਂ ਦੀ ਆਵਾਜਾਈ ਆ, ਨਾ ਕੋਈ ਬੰਦਾ ਹੀ ਦਿਖਦਾ ਏ। ਅਤੇ ਮਤਲਬ ਜੇ ਕਿਸੇ ਨੇ ਰਹਿਣਾ ਤਾਂ ਹੋਟਲ ਲੈ ਸਕਦੇ ਹਾਂ, ਕੋਸਟਲੀ ਹੋਣਗੇ, ਪਰ ਜੇ ਕਿਸੇ ਨੇ ਮਤਲਬ ਕੋਈ ਪਸੰਦ ਕਰਦਾ ਵੀ ਹਾਂ ਸ਼ਾਂਤੀ ਸ਼ਾਂਤ ਜਿਹੇ ਇਲਾਕੇ ਦੇ ਵਿੱਚ ਕਿਤੇ ਰਹਿਣਾ ਹੈ ਤਾਂ ਇੱਥੇ ਤੁਸੀਂ ਰਹਿ ਸਕਦੇ ਹੋ। ਆਹ ਘਰ ਬਣਿਆ ਹੋਇਆ ਹੈ ਜਿਹੜਾ, ਬਹੁਤ ਸੋਹਣਾ ਅਲੱਗ ਵੱਖਰਾ ਜਿਹਾ ਹੀ ਵਿੱਚ 'ਚ ਜਾ ਕੇ ਇਹਨਾਂ ਨੇ ਬਣਾਇਆ ਹੋਇਆ ਹੈ, ਅਤੇ ਕੋਈ ਗੱਡੀ ਨਹੀਂ ਆਉਂਦੀ ਨਹੀਂ ਜਾਂਦੀ ਨਹੀਂ, ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਸਾਰਾ। ਕੇਬਲ ਕਾਰਸ ਜਿਹੜੀਆਂ ਉਹ ਇੱਥੇ ਵੀ ਹੈਗੀ ਆ, ਵੈਂਗਨ ਦੇ ਵਿੱਚ ਵੀ ਹੈਗੀ ਆ ਜੇ ਤੁਸੀਂ ਉਹਦੇ 'ਤੇ ਜਾਣਾ ਹੈ, ਪਰ ਅਸੀਂ ਉਹਦੇ 'ਤੇ ਕੱਲ੍ਹ ਜਾ ਆਏ ਹਾਂ। ਜੇ ਇੱਕ ਸਵਿਸ ਪਾਸ ਆਉਂਦਾ ਹੈ ਜਿਹੜਾ, ਜੇ ਸਵਿਸ ਪਾਸ ਲੈ ਲਓ ਤਾਂ ਆਪਾਂ ਨੂੰ ਬੱਸ ਹੋ ਗਈ, ਟ੍ਰੇਨ ਹੋ ਗਈ ਜਾਂ ਬੋਟ ਹੋ ਗਈ, ਉਹ ਸਾਰਾ ਕੁਛ ਉਹਦੇ 'ਤੇ ਫ੍ਰੀ ਹੁੰਦਾ। ਅਸੀਂ ਲਿਆ ਨਹੀਂ ਕਿਉਂਕਿ ਸਾਡੇ ਕੋਲ ਆਪਣੀ ਕਾਰ ਸੀਗੀ, ਇਹਦੇ ਕਰਕੇ ਅਸੀਂ ਸਵਿਸ ਪਾਸ ਨਹੀਂ ਲਿਆ ਹੈਗਾ। ਵੈਸੇ ਜੇ ਤੁਸੀਂ ਜ਼ਿਆਦਾ ਦਿਨ ਰਹਿਣਾ, ਤੁਹਾਡੇ ਕੋਲ ਕਾਰ ਨਹੀਂ, ਤਾਂ ਤੁਸੀਂ ਉਹ ਲੈ ਸਕਦੇ ਹਾਂ, ਉਹ ਵਧੀਆ ਰਹਿੰਦਾ। ਛੋਟੇ ਛੋਟੇ ਰਸਤੇ ਜਦੋਂ ਵਿੱਚੋਂ ਲੰਘਦੇ ਆ ਨਾ, ਐਵੇਂ ਟ੍ਰੈਫਿਕ, ਹਾਂ ਪਰ ਟ੍ਰੈਫਿਕ ਨਹੀਂ ਹੈ ਇੱਥੇ, ਗੱਡੀਆਂ ਵੀ ਨਹੀਂ ਨਾ ਹੈ ਇੱਥੇ। ਦੂਜੇ ਹਾਂ ਬਹੁਤ, ਇੱਕ ਅੱਧੀ ਦਿਖੀ ਹੈ, ਕਿਉਂਕਿ ਲੋਕ ਟ੍ਰੇਨ 'ਤੇ ਟਰੈਵਲ ਕਰਦੇ ਆ ਨਾ ਥੱਲੋਂ ਉੱਪਰ ਆਉਣ ਨੂੰ। ਇਹ ਸੈਡ ਹੋ ਜਾਓ, ਜਿਹਨੇ ਪੈਸੇ ਕਮਾਏ ਕੁੱਤਾ ਬਣਾ ਲਵੇ ਫਿਰ। ਰੈੱਡ ਪਾਸਪੋਰਟ ਹੈ, ਹੈਲੀਕਾਪਟਰ ਪਤਾ ਨਹੀਂ ਕਿੱਥੇ ਹੈ ਨਾ, ਉਹ ਉੱਪਰ ਇਹਦੀ ਆਵਾਜ਼ ਇੱਥੇ ਤੱਕ ਆ ਰਹੀ ਹੈ। ਬਸ ਇੱਥੇ ਤੱਕ ਰਹਿ ਗਏ ਆਪਾਂ, ਪਕੌੜਿਆਂ ਤੱਕ, ਚਾਹ ਨਾਲ ਸਮੋਸੇ।
ਰੋਟੀ ਪੀਣਾ ਨਹੀਂ ਸਰਦਾ, ਚਾਹ ਪੀਣਾ ਨਹੀਂ ਸਰਦਾ। ਠੀਕ ਆ, ਪਰ ਹੁਣ ਜਿਹੜਾ ਸਾਡਾ ਹੈ ਫੂਡ ਬਈ, ਉਹਦੇ ਨਾਲ ਹੀ ਢਿੱਡ ਭਰਦਾ ਏ। ਇਹਨਾਂ ਦੇ ਬਰਗਰਾਂ ਬੁਰਗਰਾਂ ਨਾਲ ਕੋਈ ਨਹੀਂ ਟੇਸਟ ਨਹੀਂ ਹੁੰਦਾ, ਨਾ ਵਿੱਚ ਲੂਣ ਨਾ ਮਿਰਚ। ਆਪਾਂ ਖਾ ਲੈਂਦੇ ਆ ਜੋ ਮਿਲੇ, ਮੇਰੇ ਤੋਂ ਨਹੀਂ ਖਾਇਆ ਜਾਂਦਾ ਫਿੱਕਾ ਜਾ। ਮੈਂ ਕੱਲ ਨਾ ਉਹ ਕਰਵਾ ਲਿਆ, ਕੀ ਸੀਗਾ, ਪਾਸਤਾ ਕਰਵਾਇਆ ਸੀ, ਪਾਸਤਾ ਕਰਵਾ ਲਿਆ, ਨਾ ਵਿੱਚ ਕੁਛ ਲੂਣ ਨਾ ਮਿਰਚ ਨਾ ਕੁਛ, ਐਵੇਂ ਫਿੱਕਾ ਜਿਹਾ ਦੇ ਤਾ ਵਿੱਚ। ਮੈਂ ਕਿਹਾ ਵੀ ਵੈਜੀ ਪਾਸਤਾ ਚਾਹੀਦਾ, ਵਿੱਚ ਵੈਜੀਟੇਬਲਸ ਪਾ ਤੀਆਂ 2-3 ਕੁ, ਨਾ ਸੋਲਟਡ ਨਾ ਕੁਛ। ਉਹ ਮੈਂ ਐਵੇਂ ਦਾ ਐਵੇਂ ਛੱਡ ਕੇ ਆਈ, 4000 ਦਾ ਸੀਗਾ ਉਹ ਪੀਜ਼ਾ, ਬਹੁਤ ਸਵਾਦ ਸੀ, ਸਵਾਸ ਮਾ। ਜਦੋਂ ਆਲੇ ਦੁਆਲੇ ਇੰਨੇ ਸੋਹਣੇ ਸੋਹਣੇ ਭਾਰਤ ਹੁੰਦੇ ਆ, ਤਾਂ ਤੁਰਨ ਨੂੰ ਵੀ ਜੀ ਕਰਦਾ। ਸੋ ਸਾਨੂੰ ਪਤਾ ਹੀ ਨਹੀਂ ਲੱਗਦਾ ਐਵੇਂ ਦੇ ਨੇਚਰ ਦੇ ਵਿੱਚ ਤੁਰਦੇ ਤੁਰਦੇ ਕਿੰਨੇ ਕਿਲੋਮੀਟਰ ਆਪਾਂ ਤੁਰ ਲੈਂਦੇ ਹਾਂ। ਇਹ ਜਗ੍ਹਾ 'ਤੇ ਜਾ ਕੇ ਸਾਨੂੰ ਸਟੇਸ਼ਨ ਲੱਭ ਰਹੇ ਸੀਗੇ, ਘੁੰਮਦੇ ਘੁੰਮਦੇ ਪਿੰਡ ਦੇ ਉੱਪਰ ਦੀ ਗੇੜਾ ਮਾਰਦੇ ਮਾਰਦੇ ਸਟੇਸ਼ਨ ਗਵਾਚ ਗਿਆ। ਬਟ ਤੁਰ ਇੰਨਾ ਲਏ ਲੱਭਦੇ ਲੱਭਦੇ ਫਿਰ ਵੀ ਫੀਲ ਨਹੀਂ ਹੋਇਆ ਵੀ ਕਿੰਨਾ ਕੁ ਤੁਰ ਲਏ। ਜੋ ਥੱਲੇ ਉੱਤਰ ਕੇ ਇੱਕ ਵਾਰੀ ਫਿਰ ਵੀ ਸਟੇਸ਼ਨ ਨਾ ਦਿਖਿਆ, ਦੁਬਾਰਾ ਫਿਰ ਦੁਬਾਰਾ ਜਿਹੜੀ ਸੇਮ ਚੜ੍ਹਾਈ ਆ ਉਹ ਆਪਾਂ ਵਾਪਸ ਚੜ੍ਹੀ, ਅਤੇ ਉਹ ਅੱਗੇ ਮੈਡਮ ਲੱਭ ਰਹੇ ਸੀਗੇ ਜਾਂਦੇ ਜਾਂਦੇ ਸਟੇਸ਼ਨ, ਬਟ ਲੱਭ ਨਹੀਂ ਰਿਹਾ। ਹੁਣ ਮਸਾਂ ਜਾ ਕੇ ਸਟੇਸ਼ਨ ਲੱਭਿਆ, ਆ ਕੇ ਮੁੜ ਕੇ ਸਟੇਸ਼ਨ 'ਤੇ। ਅਤੇ ਜਿਹੜੀ ਇਹ ਚੋਟੀ ਦਿਖ ਰਹੀ ਹੈ ਨਾ, ਇਹ ਟੋਪ ਆਫ ਦਾ ਯੂਰਪ ਹੈ। ਜੇ ਕਿਸੇ ਨੇ ਉੱਪਰ ਜਾਣਾ ਆ ਤਾਂ ਇਹ ਇੱਥੇ ਟੋਪ ਦੇ ਉੱਪਰ ਬਣਿਆ ਹੋਇਆ। ਇੱਥੋਂ ਘੰਟੇ ਡੇਢ ਘੰਟੇ ਦੀ ਟ੍ਰੇਨ ਹੋਰ ਹੈ ਅੱਗੇ ਉੱਪਰ ਜਾਣਾ ਆ। ਪ੍ਰੋਪਰ ਠੰਡ ਕਹਿੰਦੇ ਬਹੁਤ ਜ਼ਿਆਦਾ ਹੈ, ਅਤੇ ਕੱਪੜੇਕਾਰ ਕਹਿੰਦੇ ਆਪਣੇ ਵੈਦਰ ਪੂਰੇ ਜਿਹੜੇ ਨੇ ਉਹ ਪ੍ਰੋਪਰ ਪਾ ਕੇ ਜਾਇਓ, ਕਿਉਂਕਿ ਉਹ ਇੰਨੀ ਜ਼ਿਆਦਾ ਬਰਫ਼ ਪਈ ਹੋਈ ਹੈ ਨਾ ਆਪਾਂ ਦਿਖ ਰਹੀ ਇੱਥੋਂ ਕੈਮਰੇ ਦੇ ਵਿੱਚ। ਇਹ ਸਭ ਤੋਂ ਟੋਪ ਹੈ ਯੂਰਪ ਦਾ, ਟੋਪ ਆਫ ਯੂਰਪ ਯਾਨੀ ਕਿ ਯੂਰਪ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਉਹ ਇਹ ਹੈ, ਅਤੇ ਇੱਥੇ ਬਣਿਆ ਹੋਇਆ ਆ ਉਹ ਵਿਊ। ਜੇ ਵੇਖਣਾ ਆਪਾਂ ਜਾ ਸਕਦੇ ਹਾਂ, ਪਰ ਟਾਈਮ ਬਹੁਤ ਲੱਗ ਜਾਣਾ ਆ ਅਤੇ ਠੰਡ ਵੀ ਬਹੁਤ ਜ਼ਿਆਦਾ ਉੱਪਰ, ਆਲਰੇਡੀ ਮੈਨੂੰ ਕੋਲਡ ਜਿਹਾ ਹੋਇਆ ਹੋਇਆ। ਬਟ ਜੇ ਤੁਸੀਂ ਜਾਣਾ ਆ ਤਾਂ ਲਵੈਂਗਨ ਸਟੇਸ਼ਨ ਹੈ, ਇੱਥੋਂ ਸਾਨੂੰ ਵਾਪਸ ਜਾਣਾ ਪੈਣਾ। ਮੈਂ ਇੱਕ ਵਾਰੀ ਤੁਹਾਨੂੰ ਮੈਪ ਦਿਖਾ ਦਿੰਦਾ, ਵੈਂਗਨ ਤੋਂ ਆਪਾਂ ਨੂੰ ਜਾਣਾ ਪੈਣਾ ਹੈ ਕੈਲੀਅਨ ਸਕਾਈ ਡੈਕ ਕਰਕੇ ਕੋਈ ਜਗ੍ਹਾ, ਅਤੇ ਇਹਤੋਂ ਬਾਅਦ ਫਿਰ ਇਹ ਲਾਲ ਵਾਲੀ ਜਿਹੜੀ ਜਾਂਦੀ ਹੈ ਇਹ ਸਾਰੀ ਆਪਾਂ ਨੂੰ ਲੈ ਕੇ ਜਾਂਦੀ ਹੈ ਉੱਪਰ ਟੋਪ ਆਫ ਦਾ ਯੂਰਪ। ਆਪਾਂ ਫਿਲਹਾਲ ਹੈਗੇ ਹਾਂ ਇੱਥੇ ਵੈਂਗਨ ਏਰੀਆ। ਸੋ ਆਪਾਂ ਪਹੁੰਚ ਗਏ ਵੈਂਗਨ ਤੋਂ ਬਾਅਦ ਹੁਣ ਇੰਟਰਲੇਕਨ ਬੜੀ ਵਧੀਆ ਜਿਹੜੀ ਹੈ ਸਿਟੀ ਬਣੀ ਹੋਈ ਹੈ ਟਾਊਨ, ਅਤੇ ਇੱਥੇ ਆਪਣੇ ਜਿਹੜੀਆਂ ਹਿੰਦੀ ਫਿਲਮਾਂ ਬੋਲੀਵੁੱਡ ਫਿਲਮਾਂ ਨੇ ਉਹ ਵੀ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ। ਫਿਲਹਾਲ ਆਪਾਂ ਰੁਕੇ ਸੀਗੇ ਇੱਥੇ ਇੱਕ ਇੰਡੀਅਨ ਰੈਸਟੋਰੈਂਟ 'ਤੇ ਖਾਣ ਪੀਣ ਦੇ ਲਈ। ਇਹ ਸੀਗਾ ਉਹ ਰੈਸਟੋਰੈਂਟ, ਇਹਨਾਂ ਨੇ ਬਾਹਰ ਬੜਾ ਵਧੀਆ ਦੇਖ ਕੇ ਲਾਇਆ ਹੋਇਆ ਇੱਕਦਮ ਕੜਕ ਚੱਡੀ ਫਾੜ ਚਾਏ, ਪਰ ਟੇਸਟ ਠੀਕ ਠੀਕ ਸੀ ਇਹਦਾ। ਹਾਂ ਇਹ ਨੰਬਰ ਪਲੇਟ ਲਾਈਆਂ ਹੋਈਆਂ ਬਾਹਰ ਇਹਨਾਂ ਨੇ।
ਸਹੀ ਗੱਲ ਹੈ। ਚਲੋ ਹੁਣ ਘੁੰਮਦੇ ਹਾਂ ਸਿਟੀ। ਇੰਨੀ ਸੋਹਣੀ ਲੋਕੇਸ਼ਨ ਹੈ, ਇੱਕ ਸਾਈਡ ਤੇ ਪੇਡੂ, ਇੱਕ ਸਾਈਡ ਤੇ ਪਹਾੜ, ਉੱਤੇ ਬਰਫ਼ ਪਈ ਹੋਈ। ਡੇਢ ਘੰਟਾ ਪਾਰਕਿੰਗ ਲੱਭਣ ਤੋਂ ਬਾਅਦ ਹੁਣ ਫਿਰ ਆਪਾਂ ਆਏ ਹਾਂ ਬੀਚ 'ਤੇ। ਇਹ ਵਾਲੀ ਬੀਚ ਨਾ ਇੰਟਰਲੇਕਨ ਦੇ ਵਿੱਚ ਇਹ ਸ਼ਹਿਰ ਦੇ ਵਿੱਚ ਹੀ ਹੈ, ਪਰ ਆਪਾਂ ਜਿੱਥੇ ਜਸ ਚੋਪੜਾ ਦਾ ਸਟੈਚੂ ਬਣਿਆ ਹੋਇਆ ਉੱਧਰ ਵਾਲੀ ਸਾਈਡ ਵੀ ਜਾ ਸਕਦੇ ਸੀ, ਬਟ ਇੰਨਾ ਖਾਸ ਲੱਗਿਆ ਨਹੀਂ ਕਿਉਂਕਿ ਮੈਡਮ ਨੂੰ ਇੰਟਰਸਟ ਨਹੀਂ ਸੀ ਹੈਗਾ ਉੱਧਰ ਜਾਣ ਦੇ ਲਈ, ਅਤੇ ਆਪਾਂ ਫਿਰ ਆਏ ਬੀਚ ਵਾਲੀ ਸਾਈਡ। ਬੀਚ 'ਤੇ ਆ ਕੇ ਜਦੋਂ ਨਜ਼ਾਰਾ ਦੇਖਿਆ ਨਹੀਂ, ਅਸੀਂ ਉੱਥੇ ਸਟੈਚੂ ਹੋਣਾ ਉੱਥੇ ਕੀ ਦੇਖਾਂਗੇ, ਜਾਂਦੇ ਨੇ ਵੈਸੇ ਸਾਰੇ ਜਿੱਥੇ ਜਿਹੜੇ ਇੰਟਰਲੇਕਨ ਆਉਂਦੇ ਨੇ ਨਾ ਉੱਥੇ ਯਸ ਚੋਪੜਾ ਦਾ ਜਿਹੜਾ ਸਟੈਚੂ ਬਣਿਆ ਜ਼ਰੂਰ ਦੇਖਣ ਜਾਂਦੇ ਨੇ, ਬਟ ਆਹ ਵਾਲਾ ਨਜ਼ਾਰਾ ਜਿਹੜਾ ਨੇਚਰ ਹੈ ਨਾ ਉਹ ਵੇਖਣ ਵਾਸਤੇ ਸਪੈਸ਼ਲ ਬਾਹਰ ਜਿਹੜੀ ਪਾਰਕਿੰਗ ਹੈ ਉਹ ਲੱਭ ਕੇ ਆਏ ਇੰਨੀ ਦੂਰ ਤੁਰ ਕੇ। ਇਹ ਕਿਸੇ ਜੱਟ ਭਰਾ ਨੇ ਮੈਨੂੰ ਲੱਗਦਾ ਬਣਾਇਆ ਹੋਇਆ ਸੀਗਾ ਇੱਥੇ ਆਪਣਾ ਫਾਰਮ ਹਾਊਸ, ਅਤੇ ਲੱਗੀ ਹੋਈ ਸੀ ਮੱਕੀ, ਬੜਾ ਸੋਹਣਾ ਲੱਗਦਾ ਪਿਆ ਸੀਗਾ ਇਹ ਵਾਲਾ ਵੀ ਵਿਊ ਕਿਉਂਕਿ ਨੈਚੁਰਲ ਸੀਗੀ। ਇਹ ਇੱਥੇ ਕਿਹੜਾ ਪਾਣੀ ਵਗੈਰਾ ਜਿਹੜਾ ਲਾਉਂਦੇ ਆ ਆਪਣੇ ਆਪ ਹੀ ਕੁਦਰਤੀ ਜਿਹੜਾ ਪਾਣੀ ਉਹ ਲੱਗ ਹੈ ਅਤੇ ਉਹਦੇ ਨਾਲ ਹੀ ਜਿਹੜਾ ਸਾਰੀ ਖੇਤੀਬਾੜੀ ਹੁੰਦੀ ਹੈ, ਵਧੀਆ ਲੱਗਿਆ। ਉਸ ਤੋਂ ਬਾਅਦ ਅਸੀਂ ਆ ਗਏ ਗ੍ਰਿੰਡੇਵਾਲਡ ਕਰਕੇ ਟਾਊਨ ਹੈ, ਉੱਥੇ ਆਏ ਹੋਏ ਹਾਂ। ਇਹ ਵੀ ਪਹਾੜਾਂ ਦੇ ਵਿੱਚ ਹੈ ਬਿਲਕੁਲ ਜਿਵੇਂ ਵੈਂਗਨ ਹੈ, ਬਟ ਇਹ ਥੋੜ੍ਹਾ ਕਰਾਊਡੀ ਹੈ, ਇੱਥੇ ਆਪਾਂ ਗੱਡੀ ਲੈ ਕੇ ਆ ਸਕਦੇ ਹਾਂ, ਵੈਂਗਨ ਗੱਡੀ 'ਤੇ ਨਹੀਂ ਆ ਸਕਦੇ। ਸੋ ਇੱਕ ਨਜ਼ਾਰਾ ਤੁਹਾਨੂੰ ਵਿਖਾ ਦਿੰਦਾ ਹਾਂ, ਬਾਕੀ ਨੇ ਅਸੀਂ ਲੇਟ ਹੋ ਗਏ ਸੀ, ਸਵੇਰੇ ਆਵਾਂਗੇ ਇਹਨੂੰ ਐਕਸਪਲੋਰ ਕਰਨ ਦੇ ਲਈ। ਇਹ ਇੱਕ ਖੂਬਸੂਰਤ ਨਜ਼ਾਰਾ ਗ੍ਰਿੰਡੇਵਾਲਡ ਦਾ, ਗ੍ਰਿੰਡੇਵਾਲਡ ਗਲੇਸ਼ੀਅਰ ਇੱਥੋਂ ਵੀ ਹੈ ਬਿਲਕੁਲ ਨੇੜੇ ਹੈ, ਦਿਖਦਾ ਆ ਬਰਫ਼ ਜੰਮੀ ਹੋਈ ਹੈ। ਸੋ ਬੜਾ ਵਧੀਆ ਵਿਊ ਹੈ, ਪਹਾੜਾਂ ਦੇ ਵਿੱਚ ਬਿਲਕੁਲ ਥੋੜ੍ਹਾ ਜਿਹਾ ਟਾਊਨ ਹੈ ਬਣਿਆ ਹੋਇਆ, ਇੱਥੇ ਆਪਾਂ ਗੱਡੀ ਪਾਰਕ ਕੀਤੀ ਹੈ, ਸੋਹਣਾ ਟਾਊਨ ਹੈ। ਹੁਣ ਆਪਾਂ ਆਏ ਹਾਂ ਵਿਲਡਰਸਵਿਲ, ਇਹ ਪਿੰਡ ਆ, ਇੱਥੇ ਇੱਕ ਸਟੇਸ਼ਨ ਬਣਿਆ ਹੋਇਆ, ਇੱਥੋਂ ਆਪਾਂ ਨੇ ਜਾਣਾ ਹੈ ਸ਼ੈਨਿੰਗ ਪਲਾਟੇ। ਲੋਕੇਸ਼ਨ ਆ ਉੱਥੇ ਨਾ ਸਾਰੀ ਬਰਫ਼ ਹੀ ਬਰਫ਼ ਪਈ ਹੋਈ ਆ, ਗਲੇਸ਼ੀਅਰ ਬਣਿਆ ਹੋਇਆ। ਟ੍ਰੇਨ ਲੈ ਕੇ ਜਾਂਦੇ ਹਾਂ, ਦੇਖਦੇ ਹਾਂ ਕਿਵੇਂ ਦਾ ਐਕਸਪੀਰੀਅੰਸ ਆ। ਮੀਂਹ ਵੀ ਬੜਾ ਜ਼ਿਆਦਾ ਆ ਗਿਆ, ਅਸੀਂ ਤਾਂ ਉੱਥੇ ਜਾਣ ਤੋਂ ਪਹਿਲਾਂ ਹੀ ਭੇਜ ਗਏ ਸੀ। ਬਟ ਇਹ ਵਾਲੀ ਜਿਹੜੀ ਟ੍ਰੇਨ ਹੈ ਇਹ ਵੀ ਮੇਰਾ ਇੱਕ ਚਾਅ ਹੀ ਸੀਗਾ ਵੀ ਸਵਿਟਜ਼ਰਲੈਂਡ ਜਾ ਕੇ ਆ ਲਾਲ ਟ੍ਰੇਨ 'ਚ ਬਹਿਣਾ ਹੀ ਪੈਣਾ। ਹਾਂ, ਮੈਨੂੰ ਇਹਨਾਂ ਨੇ ਕਿਹਾ ਹੋਇਆ ਸੀ ਵੀ ਉਹ ਟ੍ਰੇਨ 'ਚ ਬੈਠਣਾ, ਮੈਂ ਪੂਰਾ ਇੰਜੋਏ ਕੀਤਾ, ਮੂੰਹ ਕੱਢ ਕੇ ਸ਼ੀਸ਼ੇ 'ਚ ਨੂੰ ਬਾਹਰ। ਸਿਰਫ ਅਸੀਂ ਇਹਦੇ ਵਿੱਚ ਚਾਰ ਹੀ ਜਾਣੇ ਸੀਗੇ। ਆਪਣੀ ਕਿੰਨੀ ਲੱਗੀ ਸੀ ਇਹਦੀ? 75 ਰੈਂਕ ਸੀ ਇੱਕ ਜਾਣੇ ਦੀ। ਹਾਂ, 150 ਸੀਗੀ ਦੋਨਾਂ ਦੀ, ਪਰ ਵਧੀਆ ਸੀਗਾ। ਇੱਥੇ ਕਿਤੇ ਮਤਲਬ ਜੰਗਲ ਆਉਂਦੇ ਸੀਗੇ ਰਸਤੇ ਦੇ ਵਿੱਚ, ਪਰ ਟ੍ਰੇਨ ਨਾ ਬਿਲਕੁਲ ਸਿੱਧੀ ਜਾ ਰਹੀ ਸੀ, ਕਿਤੇ ਕਿਤੇ ਤਾਂ ਐਵੇਂ ਬਿਲਕੁਲ ਉਹ ਸੀਗਾ ਰਸਤਾ ਚਿੱਟੇ ਚਿੱਟੇ ਬੱਦਲ ਥੱਲੇ ਰਹਿ ਗਏ, ਪੁਰਾਣੇ ਟਾਈਮ ਦੀ ਹੈ, ਬਹੁਤ ਨੀਲੇ ਰੰਗ ਦਾ ਪਾਣੀ ਹੈ ਉੱਪਰੋਂ ਦਿੱਕਤ ਨਾ, ਜਿਹੜਾ ਐ ਲੱਗਦਾ ਜਿਵੇਂ ਅਸਮਾਨ ਹੀ ਦਿਖ ਰਿਹਾ ਹੁੰਦਾ ਉੱਪਰੋਂ।
ਰਸਤੇ 'ਚ ਉੱਪਰ ਜਾਂਦੇ ਜਾਂਦੇ ਨਾ ਸਟੋਪੇਜ ਵੀ ਆਉਂਦੇ, ਸਟੋਪ ਆਉਂਦੇ ਆ, ਯਾਨੀ ਸਟੇਸ਼ਨ ਬਣੇ ਹੋਏ ਆ, ਸਟੇਸ਼ਨ ਦੇ ਉੱਪਰ ਇੰਨਾ ਸੋਹਣਾ ਨਜ਼ਾਰਾ ਦਿਖਦਾ, ਬਹੁਤ ਵਧੀਆ ਲੋਕੇਸ਼ਨ ਹੈ, ਵਰਥ ਇਟ ਹੈ ਇਹਦੇ ਪੈਸੇ, ਹੈ ਤਾਂ ਐਕਸਪੈਂਸਿਵ ਹੈ ਟ੍ਰੇਨ ਇਹ, ਯਾਨੀ 75 ਫਰੈਂਕ ਦੀ ਇੱਕ ਜਾਣੀ ਦੀ ਆਉਣ ਜਾਣ ਦੀ ਪਈ ਹੈ ਸਾਨੂੰ, ਬਟ ਵਧੀਆ ਆ, ਬਟ ਵਿਊ ਬਹੁਤ ਸੋਹਣੇ ਆ ਉੱਪਰੋਂ, ਸਵਿਟਜ਼ਰਲੈਂਡ 'ਚ ਗ੍ਰੀਨਰੀ ਹੋਈ ਹੈ ਸਾਰੀ ਮੋਸਟਲੀ। ਕੀ ਸੋਹਣਾ ਹੋਊਗਾ ਥੋੜਾ ਜਿਹਾ ਹੋਰ ਟੋਪ ਦੇ ਉੱਪਰ ਆ ਕੇ, ਮੈਂ ਕਿਹਾ ਕਿੱਥੇ ਆ ਗਏ, ਐਂ ਲੱਗ ਰਿਹਾ ਜਿਵੇਂ ਕੋਈ ਫੋਟੋ ਦੇਖ ਰਹੇ ਹਾਂ, ਸੀਨਰੀ ਦੇਖ ਰਹੇ ਹੁੰਦੇ ਜਿਵੇਂ ਕੋਈ ਉਹ ਚੀਜ਼ ਹੈ। ਸੋ ਟ੍ਰੇਨ ਤੋਂ ਬਾਹਰ ਨਿਕਲ ਕੇ ਲੈ ਲਓ ਇਹ, ਟ੍ਰੇਨ ਤੋਂ ਬਾਹਰ ਨਿਕਲ ਕੇ ਸਾਹਮਣੇ ਦਾ ਵਿਊ, ਇਹ ਟ੍ਰੇਨ ਹੈ ਤੋਂ ਬਾਹਰ ਨਿਕਲ ਕੇ ਸਾਹਮਣੇ ਦਾ ਵਿਊ, ਇਹ ਕਰ ਰਹੇ ਆਪਣਾ ਸਵਾਗਤ, ਉੱਪਰ ਆਏ ਉੱਪਰੋਂ ਬੜਾ ਸੋਹਣਾ ਵਿਊ ਆ, ਪਰ ਮੀਂਹ ਪੈਣ ਲੱਗ ਗਿਆ ਅਤੇ ਸਾਰੇ ਬੱਦਲ ਥੱਲੇ ਆ ਗਏ, ਉਹ ਛੱਤਰੀ ਡੱਡੀ ਹੋ ਗਈ, ਪੁੱਠੀ ਹੋ ਗਈ, ਓਹੋ ਥੱਲੇ ਚੱਲੀ ਆ ਥੱਲੇ ਹੀ ਉੱਡੀ ਆ, ਉਹ ਟੁੱਟ ਗਈ, ਇਹ ਅਸੀਂ ਲੈ ਕੇ ਆਏ ਹਾਂ 1500 ਰੁਪਏ ਦੀ ਛੱਤਰੀ, ਥੱਲੇ ਚੱਲਦੇ ਹਾਂ। ਸੋ ਹੁਣ ਉੱਪਰੋਂ ਆਪਾਂ ਜਾ ਰਹੇ ਹਾਂ ਵਾਪਸ, ਉੱਪਰ ਬਾਰਿਸ਼ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਕੱਪੜੇ ਗਿੱਲੇ ਹੋ ਗਏ, ਜਰਾਬਾਂ ਅਤੇ ਬੂਟ ਆਪਣੇ ਭਿੱਜ ਗਏ,
ਇਹਦਾ ਸੀਟ ਦੇ ਥੱਲੇ ਹੀਟਰ ਲੱਗਿਆ ਹੋਇਆ ਹੈ, ਸੇਕ ਮਾਰ ਰਿਹਾ ਬਹੁਤ ਜ਼ਿਆਦਾ। ਅਤੇ ਆਪਾਂ ਹੁਣ ਜੁਰਾਬਾਂ ਦੇ ਬੂਟ ਸਕਾ ਰਹੇ ਹਾਂ ਟ੍ਰੇਨ ਦੇ ਵਿੱਚ ਬੈਠੇ। ਬਾਕੀ ਇਸ ਤੋਂ ਬਾਅਦ ਹੁਣ ਅਗਲੀ ਡੈਸਟੀਨੇਸ਼ਨ 'ਤੇ ਜਾਣਾ ਸਵਿਸ ਦੇ ਵਿੱਚ, ਇੱਕ ਦਿਨ ਹੋਰ ਹੈ ਹਜੇ, ਉਹ ਵੀ ਦੇਖਦੇ ਹਾਂ। ਅੱਗੇ ਜਾਂਦੇ ਜਾਂਦੇ ਇੱਕ ਹੋਰ ਲੋਕੇਸ਼ਨ ਆਈ ਹੈ, ਨਾਮ ਤਾਂ ਨਹੀਂ ਮੈਨੂੰ ਪੜ੍ਹਨਾ ਆ ਰਿਹਾ, ਆਪ ਤੁਸੀਂ ਪੜ੍ਹ ਸਕਦੇ ਹੋ। ਆਰੇ ਸੂ ਸੱਚੂ ਕਰਕੇ ਹੈ। ਸੋ ਇਹ ਥੱਲੇ ਨਾ ਜਿਵੇਂ ਰਿਵਰ ਟਾਈਪ ਝਰਨਾ ਵਗੈਰਾ ਜਾਂਦਾ, ਉਹਦੇ ਉੱਪਰ ਦੀ ਜਾਣਾ ਆ ਜਾਂ ਕਿਵੇਂ ਹੈ ਉਹ ਅੱਗੇ ਜਾ ਕੇ ਦੇਖਦੇ ਹਾਂ। ਫਿਲਹਾਲ ਬੜਾ ਸੋਹਣਾ ਲੱਗ ਰਿਹਾ ਥੱਲੇ ਦੇ ਵਿੱਚ ਬਣੀ ਹੋਈ ਹੈ ਰਿਵਰ ਜੀ, ਅਤੇ ਨਾਲ ਨਾਲ ਛੋਟਾ ਛੋਟਾ ਰਸਤਾ ਜਾ ਰਿਹਾ ਥੱਲੇ ਜਾਣ ਨੂੰ। ਅੱਗੇ ਕੁਛ ਨਾ ਕੁਛ ਤਾਂ ਹੋਣਾ ਹੀ ਹੈ ਜਾ ਕੇ ਦੇਖਦਾ। ਲੈਂਗੁਏਜ ਜਿਹੜੇ ਆਪਣੇ 'ਚ ਲਿਖਦੇ ਆ ਨਾ ਇੰਗਲਿਸ਼ 'ਚ ਲਿਖਦੇ ਨਹੀਂ ਹੈ, ਤਾਂ ਕਰਕੇ ਬੜੀ ਪ੍ਰੋਬਲਮ ਆਉਂਦੀ ਹੈ, ਪਰ ਥੱਲੇ ਜਾ ਕੇ ਕੁਛ ਨਾ ਕੁਛ ਤਾਂ ਹੋਊਗਾ ਜੀ। ਸੋ ਇੱਕ ਹੋਰ ਜੀ ਨਵੀਂ ਸਵੇਰ ਸਵਿਜ਼ਰਲੈਂਡ ਤੋਂ, ਅਤੇ ਆਪਾਂ ਸਾਰਾ ਸਵਿਜ਼ਰਲੈਂਡ ਨਾ ਬਾਏ ਰੋਡ ਟਰੈਵਲ ਕਰਕੇ ਰਾਤੀ ਪਹੁੰਚ ਗਏ ਸੀਗੇ ਜਿੱਥੇ ਸਵਿਜ਼ਰਲੈਂਡ ਅਤੇ ਇਟਲੀ ਦਾ ਬੋਰਡਰ ਹੈ। ਹੈ ਅਸੀਂ ਸਵਿਜ਼ਰਲੈਂਡ 'ਚ ਇਸ ਟਾਈਮ, ਪਰ ਉੱਥੇ ਸਟੇਅ ਕੀਤਾ ਸੀ, ਉਹਦੇ ਸਾਹਮਣੇ ਦੇ ਵਿਊ ਬੜੇ ਸੋਹਣੇ ਸੀਗੇ। ਅਤੇ ਇੱਕ ਵਾਰ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਹਾਂ ਕਿ ਅਸੀਂ ਜਿੱਥੇ ਖੜ੍ਹੇ ਹਾਂ ਉਹ ਸਵਿਜ਼ਰਲੈਂਡ ਹੈ, ਉਹ ਸਵਿਜ਼ਰਲੈਂਡ ਹੈ ਅਤੇ ਇਟਲੀ ਇੱਥੋਂ ਕਿੰਨਾ ਕੁ ਦੂਰ ਹੈ। ਸਾਹਮਣੇ ਦਿਖ ਰਿਹਾ ਲੋਕੇਸ਼ਨ ਬਹੁਤ ਸੋਹਣੀ ਸੀਗੀ, ਇੱਕ ਵਾਰ ਤੁਹਾਨੂੰ ਵਿਊ ਦਿਖਾ ਦਿੰਦੇ ਹਾਂ, ਇਸ ਤੋਂ ਬਾਅਦ ਫਿਰ ਆਪਾਂ ਜਾਣਾ ਹੈ ਇਟਲੀ। ਸੋ ਇਹ ਹੈ ਸਵਿਜ਼ਰਲੈਂਡ ਜਿੱਥੇ ਆਪਾਂ ਖੜ੍ਹੇ ਹਾਂ, ਇੱਧਰ ਵਾਲੀ ਸਾਈਡ ਸਾਰੀ ਇਹ ਸਵਿਜ਼ਰਲੈਂਡ ਦੀ ਹੈ, ਅਤੇ ਇਟਲੀ ਰਿਹਾ ਜੀ ਸਾਹਮਣੇ ਬਿਲਕੁਲ। ਇਹ ਜਿਹੜੇ ਘਰ ਦੇਖ ਰਹੇ ਨੇ ਇਹ ਸਾਰੇ ਘਰ ਇਟਲੀ ਦੇ ਆ। ਸੋ ਆਪਾਂ ਉਧਰ ਨੂੰ ਜਿਹੜਾ ਇਹ ਰੋਡ ਜਾ ਰਿਹਾ ਇੱਥੋਂ ਇਹ ਵਾਲਾ, ਇੱਥੋਂ ਇੱਧਰ ਜਾ ਸਕਦੇ ਹਾਂ ਇਟਲੀ। ਕੋਈ ਬੋਰਡਰ ਨਹੀਂ ਹੈਗਾ, ਕੋਈ ਵੀ ਇੱਥੇ ਪੁੱਛ ਗਿੱਛ ਨਹੀਂ ਹੈਗੀ। ਸੋ ਇੱਥੋਂ ਆਪਾਂ ਇੱਥੋਂ ਉਹ ਕਿਸ਼ਤੀਆਂ ਵੀ ਚੱਲਦੀਆਂ ਛੋਟੀਆਂ ਛੋਟੀਆਂ, 5 ਮਿੰਟ ਲੱਗਦੇ ਆ ਸਾਹਮਣੇ ਇਟਲੀ ਜਿਹੜਾ ਆ ਪਹੁੰਚ ਜਾਂਦੇ ਹਾਂ। ਸੋ ਹੁਣ ਆਪਾਂ ਉੱਧਰ ਵਾਲੀ ਸਾਈਡ ਜਾਵਾਂਗੇ, ਐਕਸਪੀਰੀਅੰਸ ਕਰਾਂਗੇ ਨਾਲੇ। ਬਾਕੀ ਵਿਊ ਬਹੁਤ ਸੋਹਣਾ ਸੀਗਾ, ਜਿਹੜਾ ਆਪਾਂ ਲਿਆ ਹੋਇਆ ਸੀਗਾ ਫਲੈਟ ਜਿਹਾ ਸੀਗਾ, ਜਿਵੇਂ ਇੱਦਾਂ ਦਾ ਸੀਗਾ ਸਾਹਮਣੇ, ਉਹ ਬਾਹਰਲਾ ਸਾਰਾ ਇਹ ਵਿਊ ਦਿਖਦਾ ਸੀ। ਗੱਡੀ ਦੀ ਪਾਰਕਿੰਗ 'ਤੇ ਥੋੜ੍ਹੀ ਜਿਹੀ ਪ੍ਰੋਬਲਮ ਸੀ, ਗੱਡੀ ਪਾਰਕ ਕੀਤੀ ਹੋਈ ਆ, ਉਹਨੂੰ ਚੱਕਦੇ ਹਾਂ ਅਤੇ ਚੱਲਦੇ ਹਾਂ ਫਿਰ ਅੱਗੇ। ਬੋਰਡਰ ਏਰੀਏ ਸ਼ੈਨਗਨ ਦੇ ਬਹੁਤ ਸ਼ਾਂਤ ਹੈ, ਸ਼ੈਨਗਨ ਏਰੀਏ ਦੇ ਵਿੱਚ ਇੱਧਰ ਵਾਲੇ ਸਰ ਸਾਰੀਆਂ ਗੱਡੀਆਂ ਜਿਹੜੀਆਂ ਨੇ ਇਟਲੀ ਤੋਂ ਆਈਆਂ ਹੋਈਆਂ ਨੇ। ਅਸੀਂ ਸਵਿਜ਼ਰਲੈਂਡ 'ਚ ਅਤੇ ਇੱਥੇ ਰੈਸਟੋਰੈਂਟ ਵਗੈਰਾ ਬਣੇ ਹੋਏ ਸੀਗੇ ਸਟਰੀਟ 'ਤੇ, ਅਤੇ ਇੰਜੋਏ ਕਰਨ ਵਾਸਤੇ ਆਉਂਦੇ ਆ। ਸੋ ਇਹ ਬੜਾ ਸ਼ਾਂਤ ਏਰੀਆ ਅਤੇ ਬੋਰਡਰ ਏਰੀਆ, ਇੰਨਾ ਸ਼ਾਂਤ ਬੋਰਡਰ ਏਰੀਆ ਸਿਰਫ ਸ਼ੈਨਗਨ ਦੇ ਵਿੱਚ ਹੀ ਦੇਖ ਸਕਦੇ ਹਾਂ, ਨਹੀਂ ਤਾਂ ਬੋਰਡਰ ਸਟਾਰਟ ਹੋਣ ਤੋਂ ਪਹਿਲਾਂ ਹੀ ਇਹ ਘਰ ਇਟਲੀ ਦੇ ਹੈ, ਨਹੀਂ ਤਾਂ ਬੋਰਡਰ ਸਟਾਰਟ ਹੋਣ ਤੋਂ ਪਹਿਲਾਂ ਹੀ
ਆਰਮੀ ਪੁਲਿਸ ਜੇ ਵੋ ਆਪਾਂ ਨੂੰ ਇਮੀਗ੍ਰੇਸ਼ਨ ਜੇ ਵੋ ਦੇਖਣ ਨੂੰ ਮਿਲਦਾ, ਬਟ ਇੱਥੇ ਐਵੇਂ ਦਾ ਕੁਛ ਵੀ ਨਹੀਂ ਹੈਗਾ। ਆਪਾਂ ਕਰ ਰਹੇ ਹਾਂ ਇਟਲੀ ਵਾਲਾ ਬਾਰਡਰ ਕਰੋਸ। ਹੁਣ ਅਸੀਂ ਸੀਗੇ ਸਵਿਟਜ਼ਰਲੈਂਡ ਦੇ ਵਿੱਚ, ਅਤੇ ਅਸੀਂ ਬ੍ਰੇਕਫਾਸਟ ਕਰਨਾ ਸੀਗਾ, ਸਾਨੂੰ ਨੀਅਰ ਬਾਏ ਕੁਛ ਮਿਲਿਆ ਨਹੀਂ, ਅਤੇ ਸੀਗਾ ਹੀ ਉਹ ਇਹਦੇ ਵਿੱਚ ਸੀਗਾ, ਇਟਲੀ ਦੇ ਵਿੱਚ ਸ਼ੋਅ ਕਰ ਰਿਹਾ ਸੀਗਾ। ਹੁਣ ਅਸੀਂ ਉਹ ਕਰਨ ਆਇਆ, ਇਹ ਕਰਕੇ ਅਸੀਂ ਦੁਬਾਰਾ ਤੋਂ ਫਿਰ ਸਵਿਟਜ਼ਰਲੈਂਡ ਵਾਪਸ ਜਾਣਾ। ਦੇਖਦੇ ਹੁਣ ਬਾਰਡਰ ਈਜ਼ੀਲੀ ਮਤਲਬ ਕਰੋਸ ਹੁੰਦਾ ਜਾਂ ਚੈਕਿੰਗ ਕਰਦੇ ਨੇ, ਦੱਸਦੇ ਹਾਂ ਤੁਹਾਨੂੰ ਫਿਰ। ਉਹ ਅੱਗੇ ਲਿਖਿਆ ਹੋਇਆ ਇਟਾਲੀਆ। ਆਪਾਂ ਸਵਿਟਜ਼ਰਲੈਂਡ ਤੋਂ ਇਟਲੀ ਆਏ ਸੀਗੇ ਸਪੈਸ਼ਲ ਬ੍ਰੇਕਫਾਸਟ ਕਰਨ ਦੇ ਲਈ, ਕਰ ਲਿਆ। ਹੁਣ ਵਾਪਸ ਜਾ ਰਿਹਾ ਸਵਿਟਜ਼ਰਲੈਂਡ। ਭੁੱਖ ਇੰਨੀ ਜ਼ਿਆਦਾ ਲੱਗੀ ਹੋਈ ਸੀ, ਇਟਲੀ ਐਂਟਰ ਕੀਤਾ ਇੱਕ ਵਾਰ ਤਾਂ ਐਂ ਲੱਗਿਆ ਵੀ ਯਾਰ ਪਤਾ ਨਹੀਂ ਕਿੱਥੇ ਆ ਗਏ। ਹੈ ਵਧੀਆ ਨਹੀਂ ਸੀ ਲੱਗ ਰਿਹਾ ਕੁਛ ਵੀ, ਕਿਉਂਕਿ ਉਹ ਮਤਲਬ ਸਵਿਟਜ਼ਰਲੈਂਡ ਤਾਂ ਇੰਨਾ ਜ਼ਿਆਦਾ ਸੋਹਣਾ ਹੈ, ਰੋਇਲਟੀ ਆ ਉੱਥੇ, ਦੇਖੇ ਸਾਨੂੰ ਲੱਗਿਆ ਵੀ ਅਸੀਂ ਗਲਤੀ ਕਰਦੇ ਆ ਵੀ ਇਹਦੇ ਨਾਲ ਸਵਿਟਜ਼ਰਲੈਂਡ ਹੀ ਵਾਪਸ, ਜਿਹੜਾ ਪਲੈਨ ਹੈਗਾ 5-6 ਦਿਨ ਦਾ ਵੀ ਉੱਥੇ ਹੀ ਸਪੈਂਡ ਕਰਦੇ ਹਾਂ, ਸਵਿਟਜ਼ਰਲੈਂਡ ਤੋਂ ਸਵਿਟਜ਼ਰਲੈਂਡ ਹੀ ਵਾਪਸ ਕਰਨੀ ਹੈ। ਲੈ ਕੇ ਆ ਸਕਦੇ ਹਾਂ, ਅਸੀਂ ਲੈ ਕੇ ਆਏ ਹਾਂ, ਪਰ ਇੱਥੇ ਡਰੋਪ ਕਰਦੇ ਮਹਿੰਗਾ ਬੜਾ ਪੈਂਦਾ, ਇੱਥੋਂ ਦੁਬਾਰਾ ਲਵਾਂਗੇ। ਸੋ ਇਹ ਸੀਗਾ ਆਪਣਾ ਸਵਿਟਜ਼ਰਲੈਂਡ ਦਾ, ਤੇ ਹੁਣ ਅਗਲਾ ਵਲੌਗ ਹੋਊਗਾ ਇਟਲੀ ਦਾ ਸਾਡਾ, ਕਿਉਂਕਿ 45 ਮਿੰਟ ਦਾ ਹੀ ਸੀਗਾ, ਮਤਲਬ ਬਿਲਕੁਲ ਬਾਰਡਰ ਦੇ ਲਾਗੇ ਸੀਗੇ ਅਸੀਂ, ਤਾਂ ਡਿਸਟੈਂਸ ਸਾਡਾ 45 ਮਿੰਟ ਲੱਗੇ ਨੇ ਸਾਨੂੰ ਬਾਏ ਬਾਹਰ ਆਉਣ ਤੋਂ ਆਉਣ ਲਈ, ਤਾਂ ਕਰਕੇ ਅਸੀਂ ਫਿਰ ਇੱਧਰ ਆਉਣਾ ਸਹੀ ਸਮਝੇ, ਕਿਉਂਕਿ ਰੋਟੀ ਨੂੰ ਬੜਾ ਦਿਲ ਕਰਦਾ। ਬਾਕੀ ਬਾਰਡਰ 'ਤੇ ਕੋਈ ਇੰਨੀ ਉਹ ਨਹੀਂ ਹੈਗੀ ਆਉਣ ਜਾਣ 'ਚ, ਜਦੋਂ ਆਪਾਂ ਇੱਧਰੋਂ ਇਟਲੀ ਤੋਂ ਸਵਿਟਜ਼ਰਲੈਂਡ ਜਾਂਦੇ ਹਾਂ ਉਹ ਥੋੜ੍ਹਾ ਜਿਹਾ ਕਰਦੇ ਆ, ਕਿਉਂਕਿ ਉਹ ਥੋੜ੍ਹੀ ਜਿਹੀ ਐਕਸਪੈਂਸਿਵ ਕੰਟਰੀ ਹੈ, ਥੋੜ੍ਹੀ ਜਿਹੀ ਸਸਤੀ ਆ, ਅਤੇ ਵੀ ਕੋਈ ਸਮਾਨ ਸਮਾਨ ਤਾਂ ਤੁਸੀਂ ਲੈ ਕੇ ਜਾ ਰਹੇ ਜਿਹੜਾ ਉੱਧਰ ਜਾ ਕੇ ਸੇਲ ਕਰੋ ਤਾਂ ਕਰਕੇ। ਬਾਕੀ ਕੋਈ ਵੀਜ਼ਾ ਵੂਜ਼ਾ ਜੇ ਉਹ ਕੋਈ ਚੱਕਰ ਨਹੀਂ। ਬਾਕੀ ਮਿਲਦੇ ਨਵੇਂ ਵਲੌਗ ਦੇ ਵਿੱਚ, ਉਹਨਾਂ ਚਿਰ ਦੇ ਲਈ ਸਤਿ ਸ਼੍ਰੀ ਅਕਾਲ।